ਯਕੀਨ ਕਰੋ ਕਿ ਮੈਂ ਤੇ ਐਵੇਂ ਪਰੇਸ਼ਾਨ ਹੋ ਰਿਹਾ ਸਾਂ। ਮੈਂ ਕਹੋ ਇਹ ਕੀ ਸੇਵੀਆਂ ਜੀਆਂ ਲੈ ਆਏ ਨੇ, ਪਰ ਜਦੋਂ ਖਾਧਾ ਨਾ ਫਿਰ ਪਤਾ ਚੱਲਿਆ ਇੰਨੇ 14 ਤਬਕ ਹੁੰਦੇ ਨੇ ਨਾ, ਇੰਨੇ ਤੇ 28 ਤਬਕ ਰੋਸ਼ਨ ਕਰਤੇ ਨੇ। ਤਾਹਰ ਭਾਈ ਅੱਜ ਜਿਹੜੀ ਤੁਹਾਨੂੰ ਅਸੀਂ ਚੀਜ਼ ਖਵਾ ਰਹੇ ਨਾ, ਉਹਦਾ ਨਾਮ ਹੈਗਾ B4। B4? ਅੱਛਾ ਜੀ, ਇਹਦਾ ਕੀ ਮਤਲਬ ਜਨਾਬ? ਫੋ ਦਾ ਉਹਦੇ ਵਿੱਚ ਗੋਸ਼ਤ ਹੁੰਦਾ, ਯਖਰੀ ਹੁੰਦੀ ਹੈ, ਸੇਵੀਆਂ ਹੁੰਦੀਆਂ। ਅੱਛਾ, ਕਿੱਡਾ ਪਿਆਰਾ ਨਾਮ B4। ਕਿਹਨ ਡਰਾਉਣਾ ਹੈ ਨਾ, ਬੰਦਾ ਇੰਜ ਆਰਾਮ ਨਾਲ ਬੈਠਾ ਹੈ। ਓ ਡਰ ਜਾਂਦਾ ਯਾਰ, ਮੈਂ ਡਰ ਗਿਆ। ਕੀ ਹੋ ਲੱਗੇ ਤੁਸੀਂ? ਕੀ ਫੋ ਲੱਗੇ? B4? ਅੱਛਾ ਜੀ, ਕਿਆ ਬਾਤ ਹੈ B4 ਸਾਹਿਬ ਦੀ। ਯਕੀਨ ਕਰੋ, ਨਾ ਦੇਖੋ ਅਤੇ ਕੰਮ ਦੇਖੋ, ਕਿੰਨੀਆਂ ਬੜੀਆਂ ਚੀਜ਼ਾਂ ਗਿਣਵਾ ਦਿੱਤੀਆਂ ਨੇ। ਚਲੋ ਜੀ, ਦੇਖਦੇ ਹਾਂ ਜੀ, ਟਰਾਈ ਕਰਕੇ। ਤੁਹਾਡਾ ਪੜਾ ਸੀਵੀਆਂ ਨੇ, ਨਾਲ ਪੱਤੇ ਜੇ ਪਾਏ ਨੇ, ਪੂਦਨੇ ਦੇ ਖੇ ਪੱਤੇ ਨੇ, ਨਾਲ ਹਰੀਆਂ ਮਿਰਚਾਂ ਪਾਈਆਂ ਨੇ, ਨਾਲ ਨਾਲ ਸਪੈਸੀ ਵੀ ਨਾਲ ਨੇ। ਉਹ ਸਪੈਸੀ ਤਾਂ ਮੈਂ ਵੇਖੋ ਜੀ, ਮੈਂ ਕੰਨ ਲਾਵਾਂ ਸ਼ੁਰੂ ਹੋ ਜਾਂਦਾ ਉਸ ਵੇਲੇ ਜੀ। ਸਪੈਸੀ ਬੜੀ ਖਵਾਈ ਬੜੀ ਤੇਜ਼ ਸੀਗੀ। ਯਕੀਨ ਕਰੋ ਕਿ ਇਹ ਜਿਹੜਾ ਕੰਮ ਕੀਤਾ ਇਹਦੇ 'ਚ ਇਹ ਨਾ ਹੁੰਦੀ ਜ਼ੁਲਫੇ ਪਰੇਸ਼ਾਨ, ਅਤੇ ਬੜਾ ਵਧੀਆ ਕੰਮ ਸੀ ਇਹ, ਯਕੀਨ ਕਰੋ। ਅਤੇ ਬਾਕੀ ਠੀਕ ਹੈ, ਅਗਲੇ ਨੇ ਆਪਣੀ ਆਪਣੀ ਡਿਸ਼ ਬਣਾਈ ਹੈ। ਇਹ ਚਮਚੇ ਦੇ ਵਿੱਚ ਇਹਨੂੰ ਮੈਂ ਭਰ ਲਈ ਕੜਛੇ ਰੀਪਰਾਂ ਹੀ ਪਏ ਜੇ, ਉਹਨਾਂ ਦਾ ਕੋਈ ਲਿੰਕ ਵਾਸਤਾ ਨਹੀਂ ਵਿੱਚ। ਠੀਕ ਹੋ ਗਿਆ ਜੀ, ਵਾਹ ਯਾਰ, ਬੜੀ ਜ਼ਬਰਦਸਤ ਯਖਨੀ ਬਣਾਈ ਗਈ। ਤੁਸੀਂ ਖਾਓਗੇ? ਨਹੀਂ, ਚਲੋ ਮੈਂ ਹੀ ਟਰਾਈ ਕਰਨਾ। ਯਾਰ ਮੂੰਹ 'ਚ ਪਾਣੀ ਆਈ ਜਾ ਰਿਹਾ। ਬਿਸਮਿਲ੍ਲਾਹ ਰਹਿਮਾਨ ਰਹੀਮ, ਗਰਮ ਵੀ ਬੜੀ। ਸੁਭਾਨ ਅੱਲਾ, ਸੁਭਾਨ। ਜਨਾਬ ਅਸੀਂ ਸੇਵੀਆਂ ਸਰ ਸ਼ੱਕਰ ਪਾ ਕੇ ਖਾਂਦੇ ਰਹੇ ਹਾਂ, ਚੀਨੀ ਦੁੱਧ ਦੇ ਸੇਵੀਆਂ ਖਾਂਦੇ ਰਹੇ, ਗੁਸ਼ ਦੇ ਸੇਵੀਆਂ ਮੈਂ ਪਹਿਲੀ ਦਫ਼ਾ ਖਾਣ ਲੱਗਾ। ਮਾਸ਼ਾਅੱਲਾ ਜੀ, ਸੁਭਾਨ ਅੱਲਾ। ਕਿਆ ਬਾਤ ਹੈ ਜੀ, ਕੀ ਜ਼ਾਇਕਾ! ਯਕੀਨ ਕਰੋ ਕਿ ਗੋਸ਼ਤ ਦੇ ਨਾਲ ਸੇਵੀਆਂ ਦਾ ਕੀ ਮਿਲਾਪ ਬਣਿਆ ਆਪਸ 'ਚ। ਸਾਡੇ ਇੱਕ ਫੈਨ ਹੈਗੇ ਨਾ ਭਲਵਾਨ ਹਰੀ, ਉਹਨਾਂ ਨੇ ਸਾਨੂੰ ਸੇਵੀਆਂ ਖਾਣ ਦਾ ਤਰੀਕਾ ਦੱਸਿਆ ਸੀ ਉਹਨਾਂ ਨੇ ਜੀ। ਇਹ ਕੜਛਾ ਫੜ ਲਿਆ ਜੀ, ਇਹਨੂੰ ਖੋਭ ਦਿਓ ਵਿੱਚ ਕੜੇ 'ਚ, ਲਵੇਟੀ ਜਾਓ, ਲਵੇਟੀ ਜਾਓ, ਲਵੇਟੀ ਜਾਓ। ਯਕੀਨ ਕਰੋ, ਸੇਵੀਆਂ ਕੋਲੋਂ ਜਾਨ ਛੁਡਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਹ। ਦੇਖੋ ਇਹ ਕਿਆ ਬਾਤ ਹੈ, ਹਾਏ 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 ਹਾਏ। ਸਾਡੇ ਨਾ ਜਨਾਬ ਅਕਸਰ ਨਾ ਜਿਵੇਂ ਠੰਡ ਆ ਜੀ, ਇਹਦੀ ਯਖਨੀ ਬਣਾਉਂਦੇ ਨੇ। ਯਖਨੀ ਇਹ ਤਾਂ ਉਹਦੇ ਸੇਵੀਆਂ ਨਹੀਂ ਪਾਉਂਦੇ ਕੁਛ, ਬਿਲਕੁਲ ਘੋਟ ਕੇ ਪਾਉਂਦੇ ਨੇ ਉਹਦੀ ਯਖਨੀ, ਤਾਂ ਕੱਢਦੇ ਨੇ ਯਾਨੀ ਕਿ ਉਹਦਾ ਅਦਕ ਕੱਢਦੇ ਨੇ, ਉਹਦਾ ਉਹਦਾ ਵਰਗਾ ਸਵਾਦ ਹੈਗਾ ਇਹਦਾ। ਇਹ ਵੀ ਚੈੱਕ ਕਰਨਾ ਚਾਹੀਦਾ, ਇਸ ਤਰ੍ਹਾਂ ਤਾਂ ਬੜੀ ਪਿਆਰੀ ਲੱਗੀ। ਜਿਹੜਾ ਮਿਰਚ ਨਹੀਂ ਨਾ ਤੇਜ਼ ਖਾਂਦਾ, ਉਹ ਇਸ ਤਰ੍ਹਾਂ ਖਾ ਸਕਦਾ, ਬੜੇ ਪਿਆਰ ਨਾਲ ਮਜ਼ਾ ਆਏਗਾ। ਯਕੀਨ ਕਰੋ, ਪਹਿਲੀ ਦਫ਼ਾ ਖਾਧੀ ਮੈਂ ਪਿੰਡ 'ਚ ਬੰਦਾ, ਅਤੇ ਮੈਨੂੰ ਐਡੀ ਅੱਛੀ ਲੱਗੀ ਇਹ ਡਿਸ਼,
बहुत प्यारा टेस्ट लगा जी। ये सर्दी का मौसम का बड़ा आला तोहफा है। ये तो बर्फ पै रही हो बहर तो अंदर बैठे हुए असं खा रहे हुई है। ए देखो हूँ मैं जुल्फे परेशान खम खाती हुई जुल्फे ए हूँ मैं घुड़म कर ला जी कि ना करा कर लीए। हम लो जी मिर्चा पा के देखते मिर्च थोड़ी जी ਇਹਦੇ ਗੋਸ਼ਤ ਦਾ ਖਾਣ ਦਾ ਟੇਸਟ ਹੀ ਕੋਈ ਹੋਰ ਹੈਗਾ। ਬ੍ਰਹਮਾ ਸ਼ਾਇਦ ਨਮਕੀਨ ਟਾਈਪ ਹੈਗਾ ਜਿਵੇਂ ਊਂਠ ਦਾ ਗੋਸ਼ਤ ਨਹੀਂ ਹੁੰਦਾ ਸਰ ਨਮਕੀਨ। ਬਿਸਮਿਲਲਾ यकीन करो कि मैं तो एवं परेशान हो रहा था। मैं कहो एक ही सेवियां जीयां लाए ने पर जो खाधा ना फिर पता चले इन्ने 14 तबक होंगे ने ना इन्ने 28 तबक रोशन करते ने। लो जी हम मजेदार थोड़ी जी बनी थोड़ी जी मिर्चा पाई है लेकिन की रजाका बन गया। हूँ इंज लग रहा शुरुआत पी रहे मैं और बिच मिर्चा लाल पाती कभी वो चाइना तो जापान के लोगों तुसी देखो ना यकीन करो एडे तेज ने ढोल बजाने वाली सोटियां नहीं होंगे डम 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 है देखो टिका टक टका डग ढक टका डग ढक टका डग ढक वो इंज करके पा जी इंज फड़न के सेवियां घड़ूचंदर 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 सानू तो उंज खानियां नहीं आंदियां इहो जिहियां तो सिलाइयां होंदियां ने साडे हत्थे बुढ़ियां कोल जिहे नाल स्वैटर बुनदे ने इधरों घुरा इधर पा लिया इधरों इधर पा लिया तो स्वैटर बन गया। सर गोश्त जो है वैसे खाना चाहिए क्योंकि सेहत वास्ते ठीक है गोश्त खाना चाहिए ना कर टेस्ट जो है यखनी का टेस्ट है ना क्या बात है जनाब। अक्सर हम ठंड यखनियां विक दियां उन्हां दा भी टेस्ट एडा खास ही हुंदा जिन्ना एडा सोहना खास टेस्ट है। तो मैनू तो इन्नी कु पसंद आई है डिश मैं तुहानू दस नहीं सकदा मैनू इहदा तरीका दसो ये किवें बनाई है फिर मैं भी इन्हां नू घर बना के बच्चों नू खवावां नाले आप खावां। और मिर्चा तो मैनू लगियां ना मिर्चा तो मैनू याद आया कि उहनू जे मैं 23 जिहड़ी मैनू तेज मिर्च भेजी सी ना अमेरिका तो मेरे सक्रैबरां ने मैं मिर्चा अद्धा घंटा तो बर्दाश्त कीतियां मैं घंटा भी बर्दाश्त कर लैंदा अगर वो नाल मैनू इनाम भी भेज देते कोई गल नहीं। वैसे इस तरह भी तुसी पी सकते हो मजा ही बड़ा आ रहा यकीन करो कि हरिया मिर्चा मैं तो समझा सी हरे प्याज बहुत तेज काम है मिर्चा कट्ठिया सारिया रल के आ गई ना जिन्नी छोटी मिर्च तो पतली होंगी ओनी यकीन करो तेज होंगी। हाँ ये जनाब मैं जिमें कटोरी भरी हुई है जिन्होंने असं कौली सदी हाँ ये तकरीबन मैं 2-3 प्लेटा खुशी तक खा जाऊँगा क्योंकि असं गोश्त खाने वो जी शकीन है गोश्त वगैरह खाते ही नहीं है यखनी भी ठीक असं पी जाएंगे नहीं तो तुम्हें पता मैं ये चीज़ा बहुत घट खाँगा मेरे तो नहीं खादियाँ पहली डिश मैं देख रहा जरा मेरा दिल कर रहा मैं बैग बड़े सुकून न खावा इन तुसी यकीन करो कि 2-3 प्याले होर होंदे भी मैं नबेड़ जावा हूँ पता नहीं तुसी किस तरह की बनाते हो पर बहुत ही मज़ेदार बनी हुई जी छड़न ते दिल ही नहीं कर रहा इनू तो यह बड़ा फायदा है नज़ला जुकाम जिन्हों हो खावे बंदा तो सीना जकड़िया हो खावे मेरा ख्याल है कि वह सीना भी सही हो जाएगा नज़ला जुकाम फ्लू भी सही हो जाएगा खांसी भी नहीं आएगी उन्होंने। वाह
रोटी खाधी भी हुई सी पर फिर भी प्याला निबड़ गया। तो तुसी भी हुण जिहड़ा ना चैनल नूं सबसक्राइब करके दोस्तां नूं भी क्या करो यार, कोई फर्क नहीं पैंदा फिर किहड़ी गल है। ते नाल ओह घंटी दे बटन नूं टैन करके दबा के ते लाफदी कर लईए फिर ठीक हो गया जी। लेट हो गया।